ਫਾਈਨਲੀ ਜੀ ਸਾਡਾ ਪ੍ਰੋਗਰਾਮ ਬਣ ਗਿਆ। ਅਸਾਂ ਮਿਲਦੇ ਪਏ ਗਾਓ ਕਾਦਰਪੁਰ ਰਾਵਾਂ, ਮੁਲਤਾਨ ਤੋਂ ਤਕਰੀਬਨ ਕੋਈ 50 ਕਿਲੋਮੀਟਰ ਦੂਰ ਹੈ। ਅਤੇ ਅਸਾਂ ਉੱਥੇ ਵੇਹਨੇ ਹੈ, ਆਪਾਂ ਉੱਥੋਂ ਦਾ ਮਾਹੌਲ ਵੀ ਦਿਖੇਨੇ ਹੈ, ਰਸਤੇ ਦੇ ਨਜ਼ਾਰੇ ਵੀ ਦਿਖੇ ਸੋ ਬਹੁਤ ਠੀਕ ਹੈ। ਨੀਂਦ ਧਿਆਨ ਦੇ ਗਾਣੇ ਤੋਂ ਤਾਂ ਖੁਦ ਨਾ ਬੋਲੋ ਨਾ ਇਹ ਗਾ ਕੇ ਡਾਲ। ਇਹ ਟਾਈਮ ਅਸੀਂ ਮੌਜੂਦ ਹੈ ਗਾਓ 'ਚ ਪਹੁੰਚ ਗਏ ਹਾਂ, ਤਾਂ ਗਾਓ ਦੇ ਵਿੱਚ ਅਸਾਂ ਮੰਜ਼ਰ ਦਿਖਾਉਂਦੇ ਪਏ ਹਾਂ, ਕਿੰਨਾ ਪਿਆਰਾ ਮੌਸਮ ਹੈ। ਅਤੇ ਤੁਸੀਂ ਦੇਖਦੇ ਪਿਓ ਸੋ ਛੋਟਾ ਵੀ ਮੇਰੇ ਨਾਲ ਹੈ। ਹਾਂਜੀ ਸਲਾਮ ਕਰੋ ਕਰੋ। ਅਸਲਾਮ ਅਲੈਕੁਮ। ਅਸਲਾਮ ਅਲੈਕੁਮ। ਆਗੋ ਜ਼ਮੂਦ ਭਾਈ ਅਸਲਾਮ ਅਲੈਕੁਮ। ਆਗੋ ਜ਼ਮੂਦ ਭਾਈ ਜ਼ਕੀ ਭਾਈ ਅਸਲਾਮ ਅਲੈਕੁਮ। ਤੁਸਾਂ ਕਹੋ ਰਿਹਾ ਹੋ ਇਹ ਹਮ ਛੋਟੇ ਭਾਈ ਸੇ ਜੋ ਹੈ ਨਾ ਨਾਚ ਸੁਣਤੇ, ਆਪ ਨਾਚ ਸੁਣਾਓ ਹਮੇ। ਕਿਆ ਬਾਤ ਹੈ, ਜ਼ਬਰਦਸਤ, ਗੁੱਡ ਗੁੱਡ। ਬੱਚੇ ਨੇ ਜੋ ਹੈ ਨਾ ਹਮੇ ਨਾਚ ਸੁਣਾਈ ਹੈ ਛੋਟ, ਔਰ ਇਹ ਦੇਖ ਸਕਤੇ ਆਪ ਕਿੰਨਾ ਜ਼ਬਰਦਸਤ ਵਿਊ ਹੈ। ਇਹ ਆਮ ਕੇ ਦਰਖਤ ਹੈ, ਇਸ ਵਾਰ ਇਹਦੇ ਪਿਓ ਸੋ ਪਿੱਛੋਂ ਆਮ ਦੇ ਦਰਖਤ ਹਨ। ਮੈਂ ਸਰੈਕੀ ਬੋਲੇ ਨਾ ਅਤੇ ਜਿਹੜਾ ਨਾ ਉਰਦੂ ਸ਼ੁਰੂ ਕਰ ਦਿੱਤੀ ਹੈ। ਇਹ ਤੁਸੀਂ ਇਹਦੇ ਪਿਓ ਸੋ ਪਿੱਛੋਂ ਇੱਕ ਟਰੈਕ ਹੈ, ਉਹ ਘਰ ਸਾਡਾ ਘਰ ਉਹ ਹੈ। ਅਤੇ ਅਸਾਂ ਇਹ ਟਾਈਮ ਪਹੁੰਚ ਚੁੱਕੇ ਹਾਂ ਕਾਦਰਪੁਰ ਰਾਵਾਂ, ਅਤੇ ਸਾਨੂੰ ਪਿੱਛੋਂ ਦਾ ਮੰਜ਼ਰ ਦਿਖੇਨੇ ਆ, ਖੂਬਸੂਰਤ ਜਿਹਾ ਮੰਜ਼ਰ ਹੈ। ਅਤੇ ਮੌਸਮ ਬਹੁਤ ਚੰਗਾ ਥਿਆ ਖੜਾ, ਅਤੇ ਬੜਾ ਮਜ਼ਾ ਆਉਂਦਾ ਪਿਆ, ਅਸਾਂ ਇੰਜੋਏ ਕਰਦੇ ਪਏ। ਅੱਗੋਂ ਚੱਲਦੇ ਹਾਂ ਪੁੱਲ ਦੇ ਉੱਤੇ। ਅਸਾਂ ਜਿਹੜਾ ਨਾ ਹੁਣ ਇੱਥਾਂ ਦੇਖਣੇ ਆਮ ਦੇ ਦਰਖਤ ਕੋਲ, ਤਾਂ ਅਸਾਂ ਦਿਖੇਨੇ ਆ ਕਿ ਆਮ ਦੇ ਜਿਹੜਾ ਨਾ ਇਹ ਦਫ਼ਾ ਨਾ ਓਲੇ ਬਹੁਤ ਜ਼ਿਆਦਾ ਪੈਣ, ਜਿਹਦੀ ਵਜ੍ਹਾ ਤੋਂ ਨਾ ਬੋਰਾ ਕਿਰਾ। ਲੇਕਿਨ ਇਹ ਕਾਫੀ ਸਾਰੇ ਮੈਂ ਦਰਖਤ ਦਿੱਤੇ ਹਨ ਜਿਹਦੇ 'ਚੋਂ ਇਹ ਜਿਹੜਾ ਦਰਖਤ ਹੈ ਇਹਦੇ ਵਿੱਚ ਜ਼ਿਆਦਾ ਆਮ ਦੇ ਜਿਹੜਾ ਨਾ ਆਮ ਛੋਟੇ ਛੋਟੇ ਆਮ ਲੱਗੇ ਖੜੇ ਹਨ। ਇਹ ਤੁਹਾਡੇ ਦੇ ਪਿਓ ਸੋ ਇਹ ਛੋਟੇ ਛੋਟੇ ਅਮਲੀਆਂ ਜਿਹੜਾ ਨਾ ਬਹੁਤ ਹੀ ਜ਼ਿਆਦਾ ਛੋਟੇ ਹਨ, ਇਹਨਾਂ ਨੂੰ ਅਮਲੀਆਂ ਨਹੀਂ ਆਖ ਸਕਦੇ। ਲੇਕਿਨ ਇਹ ਬਹੁਤ ਛੋਟੇ ਸਾਈਜ਼ ਦੀ ਹੈ, ਅਮਲੀ ਜ਼ਰਾ ਥੋੜ੍ਹੇ ਇਹ ਤੋਂ ਵੱਡੇ ਸਾਈਜ਼ ਦੀ ਆਉਂਦੀ ਹੈ। ਅਤੇ ਇਹ ਤੁਹਾਡੇ ਦੇ ਪਿਓ ਸੋ ਇਹ ਖੂਬਸੂਰਤ ਮੰਜ਼ਰ ਹੈ। ਅਤੇ ਅੱਗੋਂ ਚੱਲਦੇ ਹਾਂ ਤਾਂ ਅੱਗੋਂ ਦਿਖੇਨੇ ਆ। ਇਹ ਦੇਖੋ ਜੀ ਇਹ ਜਿਹੜਾ ਨਾ ਗਾਵਾਂ ਇਹਦੇ ਪੈਣ ਕਿਤੇ ਕਿਤੇ ਮੈਨੇ ਇਹਨਾਂ ਨੂੰ ਹੈ ਪਾਣੀ ਵਾਲੇ ਪਾਸੇ ਕਿਤੇ ਪਾਣੀ ਵਾਲੇ। ਮਾਰਨਾ ਨਹੀਂ ਜਾਨਵਰ ਕੋ ਮਰੀਦਾ ਨਹੀਂ ਆਉਂਦਾ। ਛੋਟਾ ਭਾਈ ਜਿਹੜਾ ਨਾ ਜਾਨਵਰ ਕੋ ਕੁੱਟੀ ਖੜਾ ਭਾਈ, ਆਦੇ ਥੱਲੇ ਤਾਂ ਨਹਿਰੇ ਲਾਓ। ਲੇਕਿਨ ਜਿਹੜਾ ਨਾ ਉਹ ਲਾਉਂਦੇ ਨਹੀਂ ਪਿੱਛੋ, ਹੁਣ ਕਿਤੇ ਆਉਂਦਾ। ਹੱਟ ਵਜੋ ਮਰੇ ਸੀ, ਹੱਟ ਵਜੋ ਸਾਈਡ ਦਿੱਤੀ ਵਜੋ। ਇਹ ਜਿਹੜਾ ਨਾ ਇਹਨਾਂ ਕੋਲ ਜਿਹੜਾ ਨਾ ਥੱਲੇ ਪੱਕੋ ਇਹਨਾਂ ਕੋਲ ਥੱਲੇ ਲੈ ਹੁਣ ਪਾਣੀ ਹੈ। ਅੱਛਾ ਹਟੋ ਮਰੇ ਸੀ ਨਹੀਂ ਮਰਦੀ, ਇਹ ਜਿਹੜਾ ਨਾ ਹੁਣ ਇਹ ਥੱਲੇ ਪਾਣੀ ਲਾਸਨ। ਇਹ ਦੇਖੋ ਜੀ ਇਹ ਹੁਣ ਜਿਹੜਾ ਨਾ ਇਹਨਾਂ ਕੋਲ ਥੱਲੇ ਲੈਂਦੇ ਪੈਣ ਪਾਣੀ ਚ, ਇਹ ਥੱਲੇ ਥੱਲੇ ਵੜਨਾ ਨਹੀਂ ਚਾਹੁੰਦੇ। ਲੇਕਿਨ ਜ਼ਬਰਦਸਤੀ ਇਹਨਾਂ ਕੋਲ ਪਾਣੀ ਲੈਂਦੇ ਪੈਣ ਤਾਂ ਕਿ ਥਾਂ ਵੀ ਗਿਣਨ ਅਤੇ ਪਾਣੀ ਵੀ ਪੀ ਗਿਣਨ। ਇਹ ਕਿਆ ਬਾਤ ਹੈ, ਉਹ ਜੀ ਥਾਂ ਕਿਦਾਂ ਉਹਨੇ ਫੁੱਲ ਫੁੱਲ ਇਹ ਵੀ ਪਾਣੀ ਦੇ ਵਿੱਚ ਵਹਿੰਦੀ ਪੀ। ਹਾਂ ਕਿਆ ਬਾਤ ਹੈ, ਇਹ ਥਾਂ ਦੇ ਹੀ ਥਾਂ ਦੇ ਥੱਲੇ ਚਲੀ ਗਈ। ਥੱਲੇ ਕਿਉਂ ਨਾ ਵਹਿੰਦੀ ਆਈ, ਤੰਗ ਰਹਿੰਦੀ ਘਰ ਦੀ ਇਹ ਗੱਲ। ਅੱਛਾ ਖੀਰ ਸ਼ੀਰ ਦਿੰਦੀ ਹੈ ਮਜ਼ਾ ਆਉਂਦਾ ਪਿਆ। ਕਿਉਂ ਪਰੇਸ਼ਾਨ ਦੇਖਣਾ, ਪਹਿਲਾਂ ਵਾਰੀ ਟੀ ਹੋ ਜਾ ਬੰਦਾ ਹੈ। ਰਾਤ ਦੀ 12 ਵੱਜ ਗਈ ਹੈ ਅਤੇ ਹੁਣ ਅਸਾਂ ਗਾਓ ਤੋਂ ਵਾਪਸ ਮੁਲਤਾਨ ਲੈਂਦੇ ਪਏ। ਤੁਹਾਡੇ ਦੇ ਪਿਓ ਸੋ ਬਹਿ ਜਿਹੜਾ ਨਾ ਬਹੁਤ ਜ਼ਿਆਦਾ ਅੰਧਾਰੀ ਵੀ ਚਲਦੀ ਪਈ ਹੈ ਅਤੇ ਇਹ ਨਹੀਂ ਕਰਿਆ ਸਾ ਆਪਣੀ ਵੀਡੀਓ ਦਾ ਨਾ ਕਰ। ਸਾਡੀ ਸਾਡੀ ਵੀਡੀਓ ਅੱਛੀ ਲੱਗੀ, ਸਾਡੀ ਵੀਡੀਓ ਕੋ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਸਬਸਕ੍ਰਾਈਬ ਕਰੋ। ਮਿਲਦੇ ਹਾਂ ਨਵੀਂ ਵੀਡੀਓ ਨਾਲ, ਤਬ ਤੱਕ ਕੇ ਲੀਏ ਅੱਲਾ ਹਾਫਿਜ਼।